ਜਥੇਬੰਦੀਆਂ ਦੀਆਂ ਤਿਆਰੀਆਂ ਫੁੱਲ ਨੇ ਜੀ ਦਿੱਲੀ ਜਾਣ ਨੂੰ, ਜਿਹੜਾ 13 ਫਰਵਰੀ ਦਾ ਐਲਾਨ ਕੀਤਾ ਹੋਇਆ ਹੈ, ਕਿਹੜੀ ਕਿਹੜੀ ਜਥੇਬੰਦੀ ਜਾ ਰਹੀ ਹੈ ਇਹ ਜੀ? ਮਤਲਬ ਕਿ ਅਜੇ ਤਾਂ 18-19 ਜਥੇਬੰਦੀਆਂ ਨੇ ਜਿਨ੍ਹਾਂ ਦਾ ਐਲਾਨ ਹੈ। ਵੈਸੇ ਕੰਮ ਸਾਰਿਆਂ ਦਾ ਹੀ ਹੈ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ। ਤਾਂ ਜਿਹੜਾ ਇਹ ਹਰਿਆਣਾ ਸਰਕਾਰ, BJP ਸਰਕਾਰ, ਇਹ ਮੈਂ ਵੇਖਿਆ ਆਪਣਾ ਤੁਸੀਂ ਬਾਰਡਰ 'ਤੇ ਦੇਖ ਹੀ ਰਿਹਾ, ਤਾਂ ਇਹ ਹਰਿਆਣੇ ਦੀ ਸਰਕਾਰ BJP ਦੀ ਸਰਕਾਰ ਹੈ। ਅਤੇ ਇਹਨਾਂ ਨੇ ਜਿਹੜਾ ਅੱਗੇ ਬੈਰੀਗੇਡ ਲਾ ਰਹੇ ਨੇ ਕਿਸਾਨਾਂ ਨੂੰ ਰੋਕਣ ਦੀ ਬਜਾਏ, ਉਹਦੇ ਰੋਕਣ ਤੋਂ ਬਜਾਏ ਪਹਿਲਾਂ ਇਹ ਐਲਾਨ ਹੀ ਕਿਉਂ ਨਹੀਂ ਕਰਦੇ ਨੇ? ਜਿਹੜੀਆਂ ਮੰਗਾਂ ਨੇ ਉਹ ਲਾਗੂ ਕਿਉਂ ਨਹੀਂ ਕਰਦੇ? ਮੈਂ BJP ਨੂੰ ਪੁੱਛਣਾ ਚਾਹੁੰਦਾ। ਮੈਂ ਬਾਕੀ ਹੋਰ ਜਿਵੇਂ ਕੋਈ ਧੜਾਧੜ ਪੰਜਾਬ 'ਚੋਂ, ਹਰਿਆਣੇ 'ਚੋਂ BJP ਨਾਲ ਰਲਦੇ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਦੇਖ ਲਓ ਆਹ ਹਰਿਆਣਾ BJP ਸਰਕਾਰ ਦੇ ਹਾਲਾਤ ਨੇ। ਮੈਂ ਕਿਸੇ ਸਰਕਾਰ ਨੂੰ ਮਾੜੇ ਨਹੀਂ ਕਹਿੰਦਾ, ਪਰ ਉਹਨਾਂ ਦੇ ਹਾਲਾਤ ਵੇਖ ਲਓ ਵੀ ਕਿਸਾਨਾਂ ਨਾਲ ਆਪਣੀਆਂ ਮੰਗਾਂ ਜਿਹੜੀਆਂ ਜਾਇਜ਼ ਇਹਨਾਂ ਮੰਨੀਆਂ ਹੋਈਆਂ ਨੇ, ਉਹਦੇ ਹੱਕ ਵਿੱਚ ਦਿੱਲੀ ਜਾ ਰਹੇ ਨੇ। ਅਤੇ ਇਹਨਾਂ ਨੇ ਅੱਗੇ ਬੈਰੀਗੇਡ ਇਸ ਤਰ੍ਹਾਂ ਕਰਤੀਆਂ ਜਿਵੇਂ ਕਿ ਪਾਕਿਸਤਾਨ ਦਾ ਅਤੇ ਹਿੰਦੁਸਤਾਨ ਦਾ ਬਾਰਡਰ ਹੁੰਦਾ, ਅਤੇ ਇਹਨਾਂ ਤਾਂ ਮੇਰਾ ਵਾਲਾ ਪਾਕਿਸਤਾਨ ਵਾਲਾ ਹਿੰਦੁਸਤਾਨ ਵਾਲੇ ਬਾਰਡਰ 'ਤੇ ਵੀ ਇੰਨਾ ਪ੍ਰਬੰਧ ਨਹੀਂ ਜਿੰਨਾ ਇਹ ਕਰ ਰਹੇ ਨੇ। ਹਰਿਆਣਾ 'ਤੇ ਜੀ ਦੇਖੋ ਆ ਸਾਡਾ ਥੱਲੇ ਰਾਹ ਉਤਰਦਾ, ਉਹ ਵੀ ਪੱਟ ਦਿੱਤਾ ਹੈ। ਸਾਡੇ ਖੇਤ ਦੋਨਾਂ ਪਾਸੇ ਸਾਡੇ ਨੇ, ਅੱਧਾ ਪੁਲ ਸਾਡੇ ਖੇਤਾਂ ਦੇ ਵਿੱਚ, ਮਾਲਕੀ ਦੇ ਵਿੱਚ ਆਪਣਾ। ਚਲੋ PW ਵਾਲਿਆਂ ਨੇ, ਇਹਨਾਂ ਨੇ 1-2 ਕਿੱਲਾ ਉਰਾਂ ਲੈ ਰੱਖੀ ਹੈ, ਉਹਦੇ ਵਿੱਚ ਮੈਂ ਉਹ ਕਹਿੰਦਾ ਇੱਕ ਹਰਿਆਣਾ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਵੀ ਜਿਹੜੇ ਹਰਿਆਣਾ ਸਰਕਾਰ ਪਹਿਲਾਂ ਤਾਂ ਆਣ ਕੇ ਟ੍ਰੈਫਿਕ ਵਾਲੇ ਨਾਕਾ ਲਾ ਲੈਂਦੇ ਨੇ, ਇਹ ਸਾਡੇ ਖੇਤਾਂ 'ਚ ਆਣ ਕੇ ਪੰਜਾਬ 'ਚ ਨਾਕਾ ਲਾਉਂਦੇ ਨੇ, ਫਿਰ ਉਹ ਇਹ ਜਾਂਦੇ ਕੋਈ ਨਹੀਂ, ਲੋਕਾਂ ਨੂੰ ਇੰਨਾ ਪਰੇਸ਼ਾਨ ਕਰਦੇ ਨੇ, ਇੰਨੇ ਇਹ ਜਾਂਦੇ ਨਹੀਂ, ਦੂਜੇ ਆ ਜਾਂਦੇ ਨੇ। ਹਾਂ ਹਾਲ ਕਾਲ ਤਾਂ ਜਾਣਗੇ ਜੀ, ਕਿਸਾਨ ਦਿੱਲੀ ਜਾਣਗੇ, ਸਾਡੇ ਜਥੇਬੰਦੀਆਂ ਕ੍ਰਾਂਤੀਕਾਰੀ ਸਾਰੀਆਂ ਜਾ ਰਹੀਆਂ ਨੇ, ਮਤਲਬ ਸਾਰੀਆਂ ਜਥੇਬੰਦੀਆਂ 13-18 ਜਾ ਨਹੀਂ, ਅਜੇ ਤਾਂ ਮਤਲਬ ਇਹ ਹੀ ਹੈ, ਅਜੇ ਤਾਂ ਬੋਰੂ ਸਾਹਿਬ ਜਿਹਾ ਪਿਆ ਹੋਇਆ, ਮੇਰਾ ਖਿਆਲ ਤਾਂ ਸਾਰੀਆਂ ਜਾਣਗੀਆਂ, ਮੈਂ ਨਹੀਂ ਕਦੇ ਕਿਸੇ ਦਾ ਨਾਂ ਨਹੀਂ ਲੈ।